ना कोई होया ना किसे होना गुरु दश मेश Thank you.
ਦਾਦਿਆਂ ਦੇ ਅੱਗੇ ਪੋਤੇ ਨਾ ਗੁਰੂ ਤੇਗ ਗੁਰੂ ਹਰਗੋਬਿੰਦ ਮਾਰ ਦੇ ਪੋਤੇ ਨਾਲ ਪੰਗੇ ਲੈਂਦੇ ਨੇ।
ਜੇ ਅਗਰ ਇਹ ਭਾਈ ਸਾਹਿਬ ਤੇ ਰਾਜੇ ਤੂੰ ਗੁਰੂ ਸਾਹਿਬ ਦੇ ਨਾਲ ਮਿਲ ਪੈਂਦੇ ਉਹ ਇੱਕ ਮਿੰਟ ਦਾ ਕੰਮ ਨਹੀਂ ਸੀ ਗੁਰਪੁਰੂ ਯਾਦ ਕਰਦੇ ਇਹਨਾਂ ਜਿੰਨੇ ਪੰਗੇ ਲੈ ਗੁਰੂ ਸਾਹਿਬ ਦੇ ਨਾਲ ਪੱਤੇ ਲਏ ਤਾਂ ਫਿਰ ਗੁਰੂ ਸਾਹਿਬ ਨੇ ਹਾਂਜੀ ਐਡਾ ਜੰਗ ਸੀਗਾ ਇਹ ਫਿਰ ਜਿਹੜਾ ਸਾਈਂ ਬੁੱਧੂ ਸ਼ਾਹ ਸੀ ਇਹ ਮਹਾਰਾਜ ਦਰਸ਼ਨ ਕਰਨ ਵਾਸਤੇ ਮਹਾਰਾਜ ਜਵਾਨੀ ਮਰ ਦੇਖ ਲਏ ਹਸਪਤਾਲਾਂ ਦੇ ਪੈਂਦੇ ਜੀ ਜਮੁਨਾ ਜੀ ਕਾ ਨੇੜੇ ਕਾਫੀ ਅਡਾਣ ਆ ਜਾਂਦੇ ਬਾਕੀ ਇਹਨਾਂ ਨੂੰ ਪਤਾ ਲੱਗਾ ਫਿਰ ਮਹਾਰਾਜ ਦਰਸ਼ਨ ਕਰਨ ਵਾਸਤੇ ਆਇਆ ਨਾ ਨਾਲੇ ਦੇ ਚੁੱਪੀ ਸੀ 700 ਮਰੀਜ਼ ਚੇਲਾ ਹੈ ਨਾ ਉਹ ਆ ਕੇ ਤੇ ਮਹਾਰਾਜ ਨੇ ਮਹਾਰਾਜ ਦਾ ਸਵਾਲ ਜਵਾਬ ਕਰ ਮਹਾਰਾਜ ਬੰਦਾ ਨਾ ਆਇਆ ਵੀ ਜਾ ਕੇ ਪੁੱਛੇਗਾ ਪਰਮ ਗਿਆਨ ਕਿਵੇਂ ਹੁੰਦਾ ਜੇ ਆ ਬੂਆ ਪਕਸ਼ਨਾ ਕਿਸਮ ਕਿਵੇਂ ਹੁੰਦੀ ਜਦੋਂ ਆਇਆ ਤੇ ਵੇਖਿਆ ਤੇ ਦੇਖਿਆ ਵੀ ਗੁਰੂ ਦੀ ਜਵਾਨੀ ਉਮਰ ਹੈ ਜੇ ਮੈਂ ਜਵਾਨ ਗੁਰੂ ਨੂੰ ਮੱਥਾ ਟੇਕਿਆ ਤੇ ਮੇਰੀ ਉਮਰ ਵਡੇਰੀ ਤੇ ਮੇਰੇ ਚੇਲੇ ਕਹਿਣਗੇ ਵੀ ਉਮਰ ਦਾ ਗੁਰੂ ਕੱਢਾ ਹਾਂਜੀ ਛੋਟੀ ਉਮਰ ਦਾ ਗੁਰੂ ਮੱਥਾ ਲਗਾ ਦੇ ਉੱਥੇ ਜਿਹਨੇ ਗੱਲ ਕੀਤੀ ਕਹਿੰਦਾ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਆਇਆ ਮੈਂ ਸੁਣਿਆ ਪੜ੍ਹਿਆ ਸ਼ਸਤਰਾਂ 'ਚ ਵੀ ਸੂਰ ਦੇ ਨਿਕਲਣ ਦੇ ਨਾਲ ਹੀ ਗੁਰੂ ਨੇਰਾ ਦੂਰ ਹੋ ਜਾਂਦਾ ਹਾਂਜੀ ਮਤਲਬ ਥੋੜ੍ਹਾ ਨੇ ਕੱਢਣਾ ਪਾਗ ਬੜਾ ਖੋ ਸਵਾਦ ਹੋਇਆ ਐਨੀ ਉਹ ਉੱਥੇ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਆਇਆ ਵੀ ਮੈਨੂੰ ਤਾਂ ਤੁਹਾਡਾ ਦਰਸ਼ਨ ਕਰਦੇ ਸਾਰ ਨਾਲ ਆਓ ਗੱਲ ਮੇਰੀ ਬਣੀ ਨਹੀਂ ਮਹਾਰਾਜ ਕਹਿੰਦੇ ਨੇ ਆਇਆ ਤਾਂ ਹੈਗਾ ਪਰ ਉੱਧਰ ਦਾ ਨਾ ਫੁਲਕਾ ਪਾ ਕੇ ਆਇਆ ਫਿਰ ਉੱਥੇ ਕਹਿੰਦੇ ਗੁਰੂ ਪੀਰਾਂ ਤੋਂ ਕੁਝ ਲੈਣਾ ਹੋਵੇ ਤੇ ਨੱਚ ਚੰਗੇ ਹੋ ਗਏ ਨੱਚੇ ਆਂਗਲ ਬਣ ਗਈ ਉਹ ਫਿਰ ਗੁਰੂ ਸਾਹਿਬ ਚਰਨਾਂ 'ਚ ਢਹਿ ਪਿਆ ਜੀ ਜਿਵੇਂ ਚਰਨਾਂ 'ਤੇ ਢਹਿਆ ਜੀ ਬਸ ਬਖਸ਼ਣਾ ਹੋਈ ਨੱਚਣ ਲੱਗ ਗਿਆ ਇਹ ਫਿਰ ਦਸਵੇਂ ਪਾਤਸ਼ਾਹ ਦਾ ਮਰੀਜ਼ ਸੀ ਜੀ ਇੱਕ ਐਸਾ ਸਮਾਂ ਆਇਆ ਕੁਝ ਰੰਗ ਦੇ ਨਾ ਮਾਰ ਕੁੱਟ ਕੇ ਸਫਾਈ ਜਿਵੇਂ ਤੁਸੀਂ ਮਿਲਟਰੀ 'ਚ ਫਿਰ 12 ਪੱਤਰ ਕਰਕੇ ਕਰ ਦਿੰਦੇ ਹੋ ਸਾਲਾ ਖਾ ਮੰਡੀ ਹੈਗਾ ਕਿ ਕੋਈ ਜਿਹੜਾ 500 ਕਿ 700 ਰੰਗ ਦੇ ਸਫਾਈ ਦੇਣਾ ਜਿਹੜਾ ਕਿ ਰੰਗ ਦੇ ਦੀ ਤਰਫੋਂ ਨਾ ਮਾਰ ਕੁੱਟ ਕੇ ਨਾ ਜਿਹੜੇ 12 ਪੱਤਰ ਕਰਕੇ ਭੇਜ ਦਿੰਦੇ ਹੋ ਉਹ ਮੁਸਲਮਾਨ ਸੀਗੇ ਸਾਰੇ ਉਹ ਸਾਈਂ ਬੁੱਧੂ ਸ਼ਾਹ ਕੋਲ ਗਿਆ ਜੀ ਦੇਖੋ ਜੀ ਸਾਨੂੰ ਬਾਦਸ਼ਾਹ ਰੰਗ ਦੇ ਪਾ ਕੇ ਫਿਰ ਉਹ ਬਾਦਸ਼ਾਹ ਰੰਗ ਦੇ ਉਹਨੇ ਸਾਈਂ ਬੁੱਧੂ ਸ਼ਾਹ ਨੇ ਆਖਿਆ ਮਹਾਰਾਜ ਤਨਖਾਹ ਨਹੀਂ ਦਿੰਦਾ ਸਾਡਾ ਉਸ ਬਾਜੀ ਪਾਲਿਸੀ ਜਿਹੜੀ ਤੂੰ ਫੌਜ ਤਨਖਾਹਾਂ ਵੀ ਦਿੰਦਾ ਰਹਿਣਾ ਕੋਈ ਗੱਲ ਨਹੀਂ ਹੈ ਉਹ ਫਿਰ ਉਹਨੇ ਸਾਈਂ ਬੁੱਧੂ ਸ਼ਾਹ ਨੇ ਉਹਨਾਂ ਨੂੰ ਆਖਿਆ ਜਿਹੜੇ ਰੰਗ ਦੇ ਮਾਰ ਕੇ ਕੱਟ ਕੁੱਟ ਕੇ ਕਹਿੰਦੇ ਸਪਾਹੀ ਸਨ ਉਹਨਾਂ ਕੋਲ ਕਹਿੰਦੇ ਨੌਕਰੀ ਕਰ ਰਹੀ ਮੇਰੀ ਦਸਵੇਂ ਪਾਤਸ਼ਾਹ ਬੜੀ ਹੈਲੋ ਮੇਰੀ ਵੀ ਦਸਵੇਂ ਵਾਲੇ ਬੜੀ ਬਣੀ ਹੈ ਮੇਰਾ ਚਾਰ ਕੋਈ ਸ਼ਰਧਾਲੂ ਵੀ ਆਉਂਦਾ ਚਲੋ ਮੈਂ ਤੁਹਾਨੂੰ ਦਸਵੇਂ ਵਾਲੇ ਚਾਹ ਪੈਂਦਾ ਪਰ ਉਹ ਦਸਵੇਂ ਪਾਤਸ਼ਾਹ ਦੇ ਚਰਨ ਵਿੱਚ ਲੈ ਕੇ ਆਇਆ ਧੰਨ ਗੁਰੂ ਗੋਬਿੰਦ ਸਿੰਘ ਐਡਾ ਵੱਡਾ ਹਿਰਦਾ ਗੁਰੂ ਸਾਹਿਬ ਦਾ ਉੱਥੇ ਗੁਰੂ ਸਾਹਿਬ ਨੇ ਆਖਿਆ ਮਾਮਾ ਕਿਰਪਾਲ ਸਿੰਘ ਗੁਰੂ ਸਾਹਿਬ ਦਾ ਉਹਨੂੰ ਆਖਿਆ ਆਖਿਆ ਤੇਰੋ ਭਾਵੇਂ ਇਹਦਾ ਇਹ ਇੱਕ ਬਸ ਬੁੱਧੂ ਸ਼ਾਹ ਦਾ ਪਿਆ ਸਿਰ ਇਹਦਾ ਬਈ ਜੇ ਇਹਦੇ ਨੂੰ ਠੇਸ ਨਾ ਲੱਗੇ ਜੇ ਅਸੀਂ ਗੱਲ ਨਹੀਂ ਸਿੱਖਣੇ ਇਹਨੂੰ ਠੇਸ ਨਾ ਲੱਗੇ ਉਹਦੇ ਪਿਆਰ ਨੂੰ ਪਾਲਣ ਵਾਸਤੇ ਨਾ ਉਹਨਾਂ ਹੈਰਾਨ ਗਿਆ ਸਾਨੂੰ 3 ਸਾਲ ਤਨਖਾਹ ਦੇ ਦਿੰਦਾ ਪਰ ਗੁਰੂ ਸਾਹਿਬ ਨੇ ਦਿੱਤੀਆਂ ਨੇ ਜੀ ਦਿੱਤਾ ਰਹਿਣੇ ਸਿੱਖ ਆਖਿਆ ਗੁਰੂ ਸਾਹਿਬ ਨੇ ਆਖਿਆ ਜਿਹੜੇ ਨਾ ਇਹ ਮੁਸਲਮਾਨ ਹੋ ਕੇ ਰੰਗ ਚ ਕਿਤੇ ਬਣੇ ਇਹਦਾ ਸਾਡੇ ਕਿਤੋਂ ਬਣਨਾ ਪਰ ਐਂ ਵੀ ਬੁੱਧੂ ਸ਼ਾਹ ਦਾ ਹਿਰਦਾ ਨਾ ਕਿਹੜੇ ਕੁੜੀ ਰਿਸ਼ਤ ਉਹਦਾ ਰੱਖਿਆ ਫਿਰ ਸਿੱਖ ਨੂੰ ਆਖਿਆ ਇਹਨਾਂ ਦਾ ਤੰਬੂ ਭੁੱਖੇ ਲਾਉਣਾ ਹਾਂਜੀ ਫਿਰ ਮਹਾਰਾਜ ਜੀ ਜਦੋਂ ਜੰਗ ਦਾ ਸਮਾਂ ਆਇਆ ਉਹਦਾ 700 ਮੁਸਲਮਾਨ ਸੀ ਉਹ ਰਾਤੋਂ ਰਾਤ ਜਾਗ ਰਹੇ ਜਦੋਂ ਜਾਗ ਰਹੇ 700 ਤਨਖਾਹ ਕੀ ਜੋ ਰਾਤੋਂ ਰਾਤ ਜਾ ਕੇ ਮਿਲ ਗਿਆ ਬੁੱਧੂ ਸ਼ਾਹ ਨੂੰ ਪਤਾ ਸੀ ਉਹ ਸ਼ਰਧਾਲੂ ਸੀ ਜਦੋਂ ਬੁੱਧੂ ਸ਼ਾਹ ਨੂੰ ਪਤਾ ਲੱਗਾ ਉਹਨਾਂ ਕਿਹੜਾ ਮੂੰਹ ਲੈ ਕੇ ਜਾਵਾਂ ਗੁਰੂ ਸਾਹਿਬ ਆਪਣੇ 700 ਮਰੀਜ਼ਾਂ ਦੇ 4 ਕਿ 5 ਪੁੱਤਰਾਂ ਦੇ ਯਾਰੀ ਪੱਕੀ 11 ਦੀ ਜਦ ਮਾਰ ਪਵੇ ਤਲਵਾਰਾਂ ਦੀ ਪੀੜ ਪਵੇ ਜਦ ਬੰਦਿਆਂ ਦੇ ਉੱਪਰ ਪ੍ਰਤੀ ਗੁਜ਼ਾਰਾਂ ਦੀ ਉਹ ਫਿਰ 700 ਮਰੀਜ਼ਾਂ ਦੇ ਆਪਣੇ ਪੱਖਾਂ ਦੇ ਸਿਰ ਤੇ ਮਾਰ ਦੇ ਸਿਰੇ ਬੰਨ ਕੇ ਬੁੱਧੂ ਸ਼ਾਹ ਗੁਰੂ ਸਾਹਿਬ ਚਰਨਾ ਜਾਇਆ ਤੇ ਗੁਰੂ ਸਾਹਿਬ ਨੇ ਆਖਿਆ ਬੁੱਧੂ ਸ਼ਾਹ ਨੂੰ ਆਖਿਆ ਅਗਰ ਤੇਰੇ ਬੰਦੇ ਆਖਿਆ ਮਹਾਰਾਜ ਆਪ ਦੇਖੋ ਕਿੱਡੀ ਵੱਡੀ ਕੁਰਬਾਨੀ ਅੱਜ ਤਾਂ ਉਹਦੇ ਮਹਾਰਾਜ ਸਾਨੂੰ ਰੱਖਣ ਪਰ ਪਕਾਰ ਭੁੱਲ ਗਿਆ ਮਹਾਰਾਜ ਪਤਾ ਸੀ ਇੱਥੇ ਫਿਰ ਮਹਾਰਾਜ ਜਦੋਂ ਦੇ ਫਿਰ ਉਹ ਪੁੱਤਰ ਮਾਰੇ ਗਿਆ ਸੀ ਜੰਗ ਦੇ ਵਿੱਚ ਅਫਸਰ ਮਹਾਰਾਜ ਦੇ ਨੇੜੇ ਪੈਂਦਾ ਸਾਸੂ ਮਰੀਜ਼ ਦਾ ਸ਼ਹੀਦ ਹੋ ਗਿਆ ਤਾਂ ਹੈਂ ਉੱਥੇ ਫਿਰ ਗੁਰੂ ਸਾਹਿਬ ਨੇ ਜੰਗ ਦੇ ਵਿੱਚ ਬੜੀ ਗਾਹ ਕੇ ਜੰਗ ਹੋਈ ਹੈ ਜੀ ਹਾਂਜੀ ਆਪਣਾ ਮੂੰਹ ਤੋੜ ਕੇ ਤੋੜ ਜਵਾਬ ਦਿੱਤਾ ਜੀ ਇਸੇ ਜੰਗ 'ਚ ਗੁਰੂ ਗੋਬਿੰਦ ਸਿੰਘ ਦੀ ਭੂਆ ਦੇ ਜਿਹੜੀ ਬੀਬੀ ਵੀਰੋ ਸੀ ਗੁਰੂ ਗੋਬਿੰਦ ਸਿੰਘ ਦੀ ਭੂਆ ਸੀ ਇੱਥੇ ਦੋ ਪੁੱਤਰ ਭੂਆ ਦੇ ਪੁੱਤਰ ਸ਼ਹੀਦ ਹੋਏ ਨੇ ਬੜੇ ਬੜੇ ਵੱਡੇ ਜਿਹਨਾਂ ਭਾਈ ਸੰਘੋ ਸੀ ਜੈ ਇੱਕ ਤਰ੍ਹਾਂ
ਬੜੀ ਭੀੜ ਬਣਾ ਤਾਂ ਵਰਤੀ
ਮੈਂ ਬੰਦਾ ਮਰਿਆ ਕੁਰਸਾ ਤੇ ਬਚਨਾਂ ਨੂੰ ਛੱਡ ਕੇ ਆਪਾਂ ਨਹੀਂ ਇਸੇ ਕਰਕੇ ਮਰੇ ਅੱਜ ਸਾਰੇ ਨਿਤਰ ਛੱਡ ਬੈਠੇ ਰਹਿ ਛੱਡ ਬੈਠੇ ਆ ਬਾਣੀ ਛੱਡ ਬੈਠੇ ਆ ਅੰਮ੍ਰਿਤ ਵੇਲਾ ਛੱਡ ਬੈਠੇ ਹੈ ਹੈ ਆਖਿਆ ਬੰਦਿਆ ਉਹਨੂੰ ਵਰਤੀ ਹਾਂਜੀ ਬਸ ਜਦੋਂ ਦੀ ਲੋੜ ਪਵੇ ਬੰਦਾ ਬੜਾ ਨੀਤੀ ਬਾਣ ਸੀ ਜਦੋਂ ਬੰਦਾ ਸਿੰਘ ਦਾ ਸਿਧਾਰਿਆ ਪਹਿਲਾਂ ਫਤਿਹ ਕੀਤਾ ਜੀ ਮਾਰ ਕੰਡਾ ਸਰਾਮ ਸ਼ਾਹਬਾਦ ਉੱਥੋਂ ਫਿਰ ਇੱਥੇ ਸਿਧਾਰਿਆ ਜੀ ਸਿਧਾਰੇ ਜਦੋਂ ਆਇਆ ਤੇ ਬੜੀ ਨੀਤੀ ਵਰਤੀ ਬੰਦਾ ਹੜ੍ਹ ਦੇ ਪਾਣੀ ਵਾਂਗੂ ਆਇਆ ਜੀ ਹੜ੍ਹ ਦੇ ਪਾਣੀ ਵਾਂਗੂ ਇੱਥੇ ਫਿਰ ਜਿੰਨਾ ਅਮੀਰ ਤਬਕਾ ਸੀ ਸਾਰਿਆਂ ਨੂੰ ਕਹਿੰਦਾ ਵੀ ਇਕੱਠੇ ਹੋ ਜਾਓ ਮੈਂ ਸਰਹੰਦ ਫਤਿਹ ਕਰ ਲਈ ਆਪ ਸਰਹੰਦ ਫਤਿਹ ਕਰਨਾ ਕਰਨਾ ਵੇਲੀ ਇਕੱਠੀ ਕਰ ਲਈ ਜੀ ਵੀਰ ਕਹਿੰਦੇ ਜਿੰਨੇ ਅਮੀਰ ਨੇ ਸਾਰੇ ਹਵੇਲੀ ਚ ਆ ਜਾਓ ਜਦੋਂ ਹਵੇਲੀ ਚ ਸਾਰੇ ਅਮੀਰ ਇਕੱਠੇ ਕਰ ਲਿਆ ਜੀ ਉਹਨਾਂ ਮੈਂ ਗਰੀਬ ਤੋਂ ਛੱਡਣੇ ਗਰੀਬ ਕੰਬਣਿਆਂ ਦਾ ਮਾਰੇ ਸਾਨੂੰ ਤਾਂ ਕਿਹੜੇ ਟਿਕਣ ਦਿੰਦੇ ਕਹਿੰਦਾ ਨਾ ਨਾ ਤੁਹਾਨੂੰ ਮੈਂ ਛੱਡਣਾ ਨੀ ਮੇਰੇ ਕਹਿੰਦਾ ਵੀ ਇੱਕ ਹਵੇਲੀ ਚ ਵੜ ਜਾਓ ਜਦੋਂ ਇੱਕ ਹਵੇਲੀ ਚ ਵੜ ਲਿਆ ਸਾਰੇ ਅਮੀਰ ਕਹਿੰਦਾ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾ ਦਿਓ ਹਾਂਜੀ ਜਦੋਂ ਮਿੱਟੀ ਦਾ ਤੇਲ ਸੁੱਟ ਕੇ ਅੱਗ ਲਾਈ ਜੀ ਉੱਥੇ ਫਿਰ ਬਾਬਾ ਬੰਦਾ ਸਿੰਘ ਬਾਬਾ ਇਹ ਬੰਦੇ ਨੂੰ ਬੜੀਆਂ ਸ਼ਕਤੀਆਂ ਦਿੱਤੀਆਂ ਨੇ ਜੀ ਬੜੀਆਂ ਬਖਸ਼ਿਸ਼ ਸਿੱਖ ਨੂੰ ਕਿਹੜੀਆਂ ਘੱਟ ਦਿੱਤੀਆਂ ਆਪਾਂ ਉਹਨੂੰ ਦਿੱਤਾ ਉਹ ਪੁੱਠੇ ਪਾਸੇ ਗਏ ਉੱਥੇ ਫਿਰ ਸਿੱਖਾਂ ਨੇ ਆਖਿਆ ਉਹਦੇ ਜਿਹੜੀ ਨਹੀਂ ਜਨਤਾ ਜੀ ਉਹਨੇ ਆਖਿਆ ਕੋਈ ਹੋਰ ਸੇਵਾ ਬੰਦਾ ਸਿੰਘ ਆਖਿਆ ਮੈਂ ਅੱਗੇ ਜਾਣਾ ਕੋਈ ਹੋਰ ਸੇਵਾ ਉਹਨਾਂ ਆਖਿਆ ਬਾਬਾ ਜੀ ਹੋਰ ਤਾਂ ਸਭ ਠੀਕ ਹੈ ਜੋ ਸਾਡਾ ਕੋਈ ਬੰਦਾ ਮਰ ਜਾਂਦਾ ਨਾ ਸਾਹਮਣੇ ਕਬਰ ਸੀ ਕੋਈ ਬਹੁਤ ਵੱਡੀ ਮੁਸਲਮਾਨ ਫਕੀਰ ਦੀ ਕਿਸੇ ਦੀ ਉਹਨਾਂ ਆਖਿਆ ਮਹਾਰਾਜ ਜੀ ਕੋਈ ਬੰਦਾ ਮਰ ਜਾਂਦਾ ਆ ਇੱਥੇ ਜਿੰਨੇ ਲੋਕ ਰਹਿੰਦੇ ਨੇ ਸਾਡੇ ਕੋਲ ਨਾ ਤੱਕੇ ਨਾਲ ਸਾਡੇ ਮੁਰਦੇ ਦਾ ਸਾਰਾ ਜਿਹੜਾ ਮਤਲਬ ਮਰ ਜਾਂਦਾ ਉਹ ਮੁਰਦੇ ਦਾ ਮੱਥਾ ਇੱਥੋਂ ਟਿਕਾਉਂਦੇ ਨੇ ਜਦੋਂ ਉਹਦੇ ਨਿਜੇ ਨਿਹੜਾ ਨਹੀਂ ਟਿਕਾਉਂਦਾ ਉਹਦੇ ਸਿਰ ਜੁੱਤੀਆਂ ਮਾਰਦੇ ਬੇਇੱਜ਼ਤੀ ਵੀ ਕਰਦੇ ਨੇ ਪਰ ਮਹਾਰਾਜ ਜੀ ਜਦੋਂ ਅਸੀਂ ਨਾ ਮਿਰਚ ਪੁਰਾਣੀ ਦਾ ਇਸ ਕਬਰ ਦੇ ਉੱਤੇ ਮੱਥਾ ਟਿਕਾ ਦਿੰਦੇ ਹਾਂ ਉਹਦਾ ਸੰਸਕਾਰ ਨਹੀਂ ਪਰ ਮਹਾਰਾਜ ਇਹ ਤੁਸੀਂ ਵੇਖ ਲਓ ਇਹ ਵੇਖ ਲਓ ਕਬਰ ਬੜੀ ਜਾ ਰਹੀ ਹੈ ਕਬਰ ਬੜੀ ਜਾ ਰਹੀ ਹੈ ਮੈਂ ਤਾਂ ਬੜੀ ਤੁਹਾਨੂੰ ਗੱਲ ਦੂਜੀ ਇਹ ਕਬਰ ਬੜੀ ਜਾ ਰਹੀ ਉਹਨੇ ਬੰਦੇ ਨੇ ਆਖਿਆ ਅੱਛਾ ਉਹਨੇ ਬਾਬਾ ਇਹ ਸੋਚ ਕੇ ਹੱਥ ਪਾ ਉਹਨੇ ਬੰਦੇ ਨੇ ਫਿਰ ਪੰਜਾਂ ਤੀਰਾਂ ਚ ਤੀਰ ਕੱਢਿਆ ਜੀ ਜਦੋਂ ਮਾਰੇ ਤੀਰ ਹੈ ਕੀਤਾ ਨਹੀਂ ਕਬਰ ਹੈ ਕੰਬਣ ਲੱਗ ਗਈ ਜੀ ਉੱਥੇ ਬੰਦੇ ਨੇ ਆਖਿਆ ਉਹ ਤੀਰ ਬੜਾ ਕੀਮਤੀ ਤੀਰ ਹੈ ਤੀਰ ਫੜ ਕੇ ਉਹ ਫਿਰ ਵਾਪਸ ਪੱਠੇ ਚ ਪਾ ਲਿਆ ਜੀ ਕਹਿੰਦਾ ਲਿਆ ਕਿੰਨੇ ਬਣਾ ਕੇ ਕਬਰ ਪਰਾਂ ਤੋਂ ਇੱਥੋਂ ਫਿਰ ਹੜ੍ਹ ਦੇ ਪਾਣੀ ਵੀ ਗਿਆ ਜੇ ਕੇ ਛੱਤ ਬਣੂਰ ਗਿਆ ਜੀ ਛੱਤ ਬਣੂਰ ਦੇ ਜਾ ਕੇ ਸਰੰਦ ਸੂਬਾ ਸਰੰਦ ਤੇ ਬੰਦਰ ਬੜਾ ਬੜਾ ਘੁੱਟਦਾ ਜੀ ਬਾਬੜਾ ਕੋਲ ਪਤਾ ਜੀ ਬੜਾ ਆ ਰਿਹਾ ਜੀ ਆ ਰਿਹਾ ਬੰਦਾ ਆ ਰਿਹਾ ਬੰਦਾ ਆ ਗਿਆ ਬੰਦਾ ਬਾਰੇ ਦਵਾਰ ਪਰ ਇੱਥੇ ਤੂੰ ਪੁੱਜਾ ਜਿੱਥੇ ਜਾ ਕੇ ਫਿਰ ਜੋ ਮੁਕਾਬਲਾ ਛੱਤ ਬਨੂੜ ਬਸ ਬਨੂੜ ਦਾ ਸੁਣਾ ਕਿਸੇ ਚੀਜ਼ ਨੂੰ ਕੁੱਠੀ ਕਰਕੇ ਅਮਰੋੜ ਤੇ ਛੁੱਟ ਦੇਣਾ ਹਾਂਜੀ ਇੱਥੇ ਆ ਕੇ ਬੰਦਾ ਕੋਈ ਤਪੱਸਵੀ ਸੀ ਪਰੇ ਚ ਭਜਨ ਦਾ ਆਨੰਦ ਸੀ ਉਹ ਇੱਥੇ ਮੁਕਾਬਲਾ ਤੇ ਫੌਜ ਲੜ ਰਹੀ ਤੇ ਬੰਦਾ ਜਾ ਕੇ ਇੱਕ ਪਾਸੇ ਬਹਿ ਗਏ ਆਨੰਦ ਨਾਲ ਆਨੰਦ ਹਰਸ ਮਨ ਵਿੱਚ ਬਹਿ ਗਿਆ ਉੱਥੇ ਵੀ ਸਿੰਘ ਆਖਿਆ ਬਈ ਆਖਿਆ ਬਾਬਾ ਜੀ ਤੁਸੀਂ ਆਪ ਕੀ ਗੱਲ ਹੈ ਇੱਧਰ ਫੌਜ ਦੀ ਤਬਾਹੀ ਹੋ ਚੱਲੀ ਤੇ ਤੁਸੀਂ ਮਾਰਾ ਫੇਰ ਦੇ ਗਾਜਾ ਪਰ ਗੁਰੂ ਗੋਬਿੰਦ ਸਿੰਘ ਮਾਰਦਾ ਪਖਸ਼ਾ ਇੱਕ ਤੀਰ ਰੱਖਿਆ ਕਮਾਨ ਦੇ ਉੱਤੇ ਉਸ ਤੀਰ ਨੇ 100 ਪਿੰਡ ਦੀ ਛੱਤ ਉਡਾ ਦਿੱਤੀ ਉਹ ਦਰਸ਼ਨੀ ਤੀਰ ਬਾਬਾ ਗੁਰਦਾਸ ਸਿੰਘ ਬਹਾਦਰ ਪਾਸੇ ਨੇ ਉੱਥੋਂ ਮੈਨੂੰ ਸੁਲੰਧ ਗਿਆ ਉਹ ਜਿੱਥੇ ਆਪਾਂ ਜੋ ਜਾਂਦੇ ਆ ਨਾ ਗੇਟ ਆਉਂਦਾ ਫਤਿਹਗੜ੍ਹ ਸਾਹਿਬ ਠੀਕ ਹੈ ਨਾ ਉਹ ਜਿਹੜੇ ਗੇਟ ਦੇ ਨਾਲ ਖੱਬੇ ਪਾਸੇ ਕੋਲ ਜਿਹੜੀ ਮਸਜਿਦ ਆ ਬਹੁਤ ਵੱਡੀ ਉੱਥੇ ਪਰ ਮੁਸਲਮਾਨ ਫਕੀਰ ਸੀ ਉਹਨੂੰ ਪਤਾ ਸੀ ਬੜੀ ਕਮਾਈ ਆ ਸਭ ਸੀ ਫਕੀਰ ਸੀ ਉਹਨੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਡਾਕਟਰ ਸਾਹਿਬ ਬੰਦਾ ਸਿੰਘ ਬਹਾਦਰ ਨੂੰ ਆ ਗਿਆ ਨਾ ਉੱਥੇ ਬੰਦਾ ਸਿੰਘ ਬਹਾਦਰ ਨੂੰ ਆ ਕੇ ਨਾ ਉਹਨੇ ਆਖਿਆ ਮਹਾਰਾਜ ਜੀ ਬਾਕੀ ਤੇ ਗੱਲਾਂ ਛੱਡੋ ਧਰਮ ਸਥਾਨ ਜਾਂ ਹਿੰਦੂਆਂ ਦੇ ਨੇ ਜਾਂ ਮੁਸਲਮਾਨਾਂ ਦੇ ਨੇ ਜਾਂ ਕਿਸੇ ਵੀ ਧਰਮ ਦੇ ਇਹ ਤਾਂ ਸਾਂਝੇ ਹੁੰਦੇ ਨੇ ਮਹਾਰਾ ਘੱਟੋ ਘੱਟ ਮੇਰਾ ਇੱਥੇ ਖਿਆਲ ਕਰ ਲਓ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਅੰਜ ਕਰ ਆ ਕਰ ਜਿੰਨੀ ਕੁ ਜਗ੍ਹਾ ਬਚਾਉਣੀ ਨਾ ਉਹਦੇ ਚਾਰ ਛੇ ਲਕੀਰ ਖਿੱਚ ਲੈ ਉਹ ਤਾਂ ਖੜੀ ਹੈ ਜੀ ਉਹ ਨਹੀਂ ਖੜੀ ਹੈ ਉੱਥੇ ਮੇਰੇ ਬਾਬਾ ਜੀ ਜੋ ਮੁਕਾਬਲਾ ਆਇਆ ਹੋਰ ਬੰਦਾ ਸਿੰਘ ਬਹਾਦਰ ਫੜ ਲਿਆ ਵਜੀਦਾ ਖਾਨ ਨੂੰ ਫਿਰ ਹਾਥੀ ਦੇ ਪੈਰਾਂ ਬੰਨ ਕੇ ਉਸੇ ਸਰਾਂਦੀਆਂ ਖੜੀਆਂ ਔਰ ਉਹਦੇ ਸਿਕਿਉਰਿਟੀ ਕਰ ਜਿੰਨਾ ਮਹਾਰਾਜ ਜੀ ਐਡੇ ਐਡੇ ਬੱਚੇ 7 ਤੇ 9 ਸਾਲ ਦੇ ਬੱਚੇ ਸਰਹੰਦ ਦੀ ਨੀਂਹ ਦੇ ਚਿਣੀ ਦੇ ਤੱਕੇ ਸਨ ਉਹ ਪੁੱਛਿਆ ਕਰ ਮਹਾਰਾਜ ਦੱਖਣ ਤੁਰ ਗਿਆ ਸਨ ਉਹ ਬਾਅਦ ਚ ਉਹ ਪੁੱਛਿਆ ਕਰਨ ਉੱਥੇ ਦੇ ਤੁਰਕ ਪੁੱਛਿਆ ਕਰ ਤੁਹਾਡਾ ਅਗਲਾ ਪ੍ਰਮੁਖੀ ਤੁਹਾਡਾ ਅਗਲਾ ਪ੍ਰਮੁਖੀ ਜਿਹੜਾ ਉੱਥੇ ਜਿੱਥੇ ਗੁਰਬਾਰ ਹੁੰਦੇ ਹਨ ਤੁਹਾਡਾ ਅਗਲਾ ਪ੍ਰਮੁਖੀ ਹੈ ਸਿੱਖ ਆਖਿਆ ਕਰਨ ਵੀ ਹੋਰ ਤੇ ਸਾਨੂੰ ਪਤਾ ਨਹੀਂ ਹਾਂਜੀ ਹੋਰ ਤੇ ਸਾਨੂੰ ਪਤਾ ਨਹੀਂ ਬਈ ਜਿਸ ਸਰਹੰਦ ਦੀ ਦੁਆਰ ਦੇ ਵਿੱਚ ਨਾ ਸਾਡੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਚਿਣੇ ਗਏ ਅਸੀਂ ਇੱਕ ਵਾਰੀ ਸਰਹੰਦ ਜ਼ਰੂਰ ਢਾਉਣੀ ਸਰਹੰਦ ਜ਼ਰੂਰ ਢਾਉਣੀ ਹੈ ਉੱਥੇ ਫਿਰ ਉਹ ਮਜ਼ਾਕ ਕਰਿਆ ਕਰਨ ਦੇਖੋ ਗੁਰੂ ਦੇ ਪੁੱਤਰ ਵਾਰੇ ਗਏ ਨੇ ਗੁਰੂ ਉਹਨਾਂ ਦਾ ਦੱਖਣ ਤੁਰ ਕੇ ਸਰਹੰਦ ਕਿਹਨੇ ਢਾਉਣੀ ਹੈ ਪਰ ਉਹ ਫਿਰ ਜੋ ਬਾਬਾ ਬੰਦਾ ਸਿੰਘ ਬਹਾਦਰ ਹੜ੍ਹ ਦੇ ਪਾਣੀ ਵਾਂਗੂ ਪਾਸੇ
ਇੱਥੇ ਗੁਰੂ ਸਾਹਿਬ ਨੇ ਸਾਰੀ ਪੈਰੀ ਇੱਥੋਂ ਕਰਕੇ ਨੁਕਸਾਨ ترجمة نانسي قنقر.